ਸਤਿ ਸ਼੍ਰੀ ਅਕਾਲ ਜੀ ਮੇਰੀ ਸਾਰੀ YouTube ਫੈਮਿਲੀ ਨੂੰ ਤੁਹਾਡਾ ਸਵਾਗਤ ਕਰਦੀ ਹਾਂ ਕੁਕਿੰਗ ਚੈਨਲ ਕਾਇਨਾਤ ਕਿਰਨ ਕਿਚਨ ਦੇ ਵਿੱਚ ਤੇ ਅੱਜ ਆਪਾਂ ਬਣਾ ਰਹੀਆਂ ਜੀ ਗੋਭੀ ਤੇ ਗਾਜਰਾਂ ਦਾ ਆਚਾਰ ਚਾਰ ਬਣਾਉਣ ਲਈ ਜੀ ਮੈਂ ਇੱਕ ਫੁੱਲ ਗੋਭੀ ਦੇ ਲਿਆ ਤੇ 450 ਗ੍ਰਾਮ ਮੈਂ ਗਾਜਰਾਂ ਲਈਆਂ ਇਹਨਾਂ ਨੂੰ ਚੰਗੀ ਤਰ੍ਹਾਂ ਮੈਂ ਪਹਿਲਾਂ ਵਾਸ਼ ਕਰ ਲਿਆ ਜੀ ਵਾਸ਼ ਕਰਕੇ ਸੁਕਾ ਲਿਆ ਸੀ ਫਿਰ ਜਿਹੜੀ ਇਹ ਗੋਭੀ ਦੇ ਫੁੱਲ ਉਹ ਮੀਡੀਅਮ ਸਾਈਜ਼ ਦੇ ਮੈਂ ਕੱਟ ਲਿਆ ਤੇ ਗਾਜਰਾਂ ਨੂੰ ਇਸ ਤਰ੍ਹਾਂ ਲੰਮਾ ਲੰਮਾ ਕੱਟ ਲਿਆ ਏ ਆ ਆਪਾਂ ਨੂੰ ਇਨਗਰੀਡੀਐਂਟ ਚਾਹੀਦੇ ਆ ਜੀ ਪਹਿਲਾਂ ਮੈਂ ਲਿਆ ਹੈਗਾ ਸਿਰਕਾ ਤੁਸੀਂ ਆਪਣੀ ਮਨਪਸੰਦ ਦੇ ਇਨਗਰੀਡੀਅੰਟ ਯੂਜ਼ ਕਰ ਸਕਦੇ ਆ ਜੋ ਤੁਹਾਡੇ ਕੋਲੇ ਅਵੇਲੇਬਲ ਹੈਗੇ ਆ ਤੇ ਉਸ ਤੋਂ ਬਾਅਦ ਮੈਂ ਲਈ ਹੈਗੇ ਜੀ ਅਜਵਾਇਨ ਸੌਂਫ ਕਾਲੀ ਮਿਰਚਾਂ ਤੇ ਮੇਥੇ ਰਾਈ ਲਈ ਹੈ ਜੀ ਮੈਂ ਕਾਲੇ ਰੰਗ ਦੀ ਤੁਸੀਂ ਪੀਲੇ ਵੀ ਯੂਜ਼ ਕਰ ਸਕਦੇ ਹੋ ਫਿਰ ਇਹ ਮਿਲਿਆ ਜੀ ਧਨੀਆ ਜੀਰਾ ਕਲੌਂਜੀ ਸਾਰੇ ਮੈਂ ਇਹ ਹਾਫ ਟੇਬਲस्पून ਲਈ ਹੈ ਜੀ ਉਸ ਤੋਂ ਬਾਅਦ ਇਹ ਮਸਾਲੇ ਆ ਨਮਕ ਹਲਦੀ ਤੇ ਮਿਰਚਾਂ ਇਹ ਆਪਾਂ ਟੇਸਟ ਅਕੋਰਡਿੰਗ ਯੂਜ਼ ਕਰਾਂਗੇ ਫਿਰ ਜਿਵੇਂ ਇੱਕ ਪੈਨ ਲਿਆ ਪੈਨ ਦੇ ਵਿੱਚ ਆਪਾਂ ਇਹਨਾਂ ਨੂੰ ਥੋੜਾ ਜਿਹਾ ਸੇਕਾਂਗੇ ਸੇਕ ਕੇ ਫਿਰ ਆਪਾਂ ਇਹਨਾਂ ਦਾ ਪਾਊਡਰ ਬਣਾਵਾਂਗੇ ਦਰਦਰਾ ਸਭ ਤੋਂ ਪਹਿਲਾਂ ਮੈਂ ਪਾਇਆ ਮੇਥੇ ਜੀ ਫਿਰ ਕਾਲੀਆਂ ਮਿਰਚਾਂ ਧਨੀਆ ਤੇ ਜੀਰਾ ਤੇ ਸੌਂਫ ਪਾ ਕੇ ਆਪਾਂ ਇਹਨਾਂ ਨੂੰ ਥੋੜਾ ਰੋਸਟ ਕਰਨਾ ਹੈ ਇਹਨਾਂ ਨੂੰ ਆਪਾਂ ਜ਼ਿਆਦਾ ਨਹੀਂ ਭੁੰਨਣਾ ਜੀ ਸਿਰਫ 1 ਤੋਂ 1.5 ਮਿੰਟ ਭੁੰਨਣਾ ਹੈ ਜੀ ਇਹ ਭੁੰਨਣ ਤੋਂ ਬਾਅਦ ਇੱਕ ਆਪ ਇਹਨਾਂ ਦੇ ਵਿੱਚ ਅਜਵਾਇਨ ਜਿਹੜੀ ਉਹ ਨਹੀਂ ਭੁੰਨਣੀ ਹੈਗੀ ਤੇ ਜਿਹੜੀ ਆਪਣੀ ਰਾਈ ਹੈਗੀ ਆ ਉਹ ਜਦੋਂ ਆਪਣਾ ਹੀ ਪੁੱਜ ਗਿਆ ਜਿਹੜੇ ਆਹ ਵਾਲੇ ਇਨਗਰੀਡੀਅੰਟ ਆਪਾਂ ਪਾਏ ਹੋਏ ਆ ਰਾਈ ਆਪਾਂ ਲਾਸਟ ਤੇ ਪਾਉਣੀ ਆ ਜੀ ਮਸਾਲੇ ਆ ਵਾਲੇ ਆਪਣੇ ਪੁੱਜ ਚੁੱਕੇ ਆ ਹੁਣ ਆਪਾਂ ਇਹਦੇ ਵਿੱਚ ਰਾਈ ਐਡ ਕਰ ਲਈ ਆ ਇਹ ਪੁੰਨ ਲਿਆ ਜੀ ਆਪਣੇ ਪੁੱਜ ਗਿਆ ਆਪਾਂ ਗੈਸ ਦੀ ਫਲੇਮ ਆਫ ਕਰਤੀ ਆ ਤੇ ਇਹਨਾਂ ਨੂੰ ਠੰਡਾ ਹੋਣ ਲਈ ਰੱਖ ਦਿਆਂ। ਦੂਸਰੇ ਪਾਸੇ ਆਪਾਂ ਇੱਕ ਕੜਾਈ ਦੇ ਵਿੱਚ ਤੇਲ ਰੱਖ ਲਿਆ ਏ। ਦੂਸਰੇ ਪਾਸੇ ਜੀ ਆਪਾਂ ਜਿਹੜਾ ਤੇਲ ਗਰਮ ਹੋਣ ਤੱਕ ਜਿਹੜੇ ਆਪਣੇ ਮਸਾਲੇ ਆ ਉਹ ਠੰਡੇ ਹੋ ਚੁੱਕੇ ਉਹਨਾਂ ਨੂੰ ਗ੍ਰाइंड ਕਰ ਲੈਣੇ ਆ। ਇਸ ਤਰ੍ਹਾਂ ਉਹਨਾਂ ਨੂੰ ਦਰਦਰ ਆਪਾਂ ਗ੍ਰाइंड ਕਰ ਲੈਣਾ ਮਿਕਸੀ ਦੇ ਵਿੱਚ। ਤੇ ਤੇਲ ਵੀ ਆਪਣਾ ਬਿਲਕੁਲ ਗਰਮ ਹੋ ਗਿਆ ਸੀ ਜੀ ਧੂੰਏਦਾਰ ਤੇ ਆਪਾਂ ਨੂੰ ਗੈਸ ਨੂੰ ਆਫ ਕਰ ਦਿੱਤਾ ਸੀ। ਉਹਦੇ ਵਿੱਚ ਆਪਾਂ ਤੇਲ ਦੇ ਵਿੱਚ ਸਭ ਤੋਂ ਪਹਿਲਾਂ ਜੀ ਮੈਂ ਥੋੜੀ ਜੀ ਹਿੰਗ ਲਈ ਆ। ਹਿੰਗ ਪਾ ਕੇ ਫਿਰ ਥੋੜਾ ਜਿਹਾ ਜੀਰਾ ਪਾ ਕੇ ਆਪਾਂ ਗਾਜਰਾ ਪਾ ਲੈਣੀ ਹੈ ਤੇ ਗਾਜਰਾ ਨੂੰ ਹਲਾ ਲੈਣਾ ਹੈ ਤੇ ਨਾਲ ਹੀ ਆਪਾਂ ਗੋਭੀ ਪਾ ਲੈਣੀ ਹੈ ਜੀ ਦੋਨੇ ਚੀਜ਼ਾਂ ਇਕੱਠੀਆਂ ਪਾ ਕੇ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਤੇਲ ਦੇ ਵਿੱਚ ਦੋ ਤਿੰਨ ਮਿੰਟ ਆਪਾਂ ਇਹਨਾਂ ਨੂੰ ਫਰਾਈ ਕਰਨਾ ਹੈ ਆਪਣੀ ਗੈਸ ਦੀ ਜਿਹੜੀ ਫਲੇਮ ਹੈ ਜੀ ਬਿਲਕੁਲ ਮੀਡੀਅਮ ਹੋਣੀ ਚਾਹੀਦੀ ਹੈ ਹਾਈ ਫਲੇਮ ਤੇ ਨਹੀਂ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਕੁਕ ਕਰਨਾ ਹੈ ਦੋ ਤਿੰਨ ਮਿੰਟ ਬਾਅਦ ਸੇਕ ਲੱਗਣ ਤੋਂ ਬਾਅਦ ਜੀ ਇਹਦੇ ਵਿੱਚ ਫਿਰ ਆਪਾਂ ਐਜਵਾਇਨ ਐਜਵਾਇਨ ਦਾ ਵੀ ਮੈਂ ਹਾਫ ਟੇਬਲस्पून ਲਿਆ ਜੀ ਤੇ ਹਾਫ ਟੇਬਲस्पून ਕਲੌਂਜੀ ਫਿਰ ਆਪਾਂ ਪਾਵਾਂਗੇ ਇਹਦੇ ਵਿੱਚ ਬਾਅਦ ਕੀ ਇਹਨੂੰ ਚੰਗੀ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ ਇਹ ਆਚਾਰ ਬਣਾਉਣ ਲਈ ਜੀ ਸਿਰਫ ਆਪਾਂ ਨੂੰ 5 ਤੋਂ 6 ਮਿੰਟ ਲੱਗਦੇ ਆ ਬਹੁਤਾ ਟਾਈਮ ਨਹੀਂ ਲੱਗਦਾ ਆਪਾਂ ਇਹਨਾਂ ਨੂੰ ਜ਼ਿਆਦਾ ਵੀ ਨਹੀਂ ਪਕਾਉਣਾ ਹੁੰਦਾ Uh, 60 ਤੋਂ 70% ਆਪਾਂ ਇਹਨਾਂ ਨੂੰ ਕੁੱਕ ਕਰਨਾ ਹੈ ਤੁਸੀਂ ਜ਼ਰੂਰੀ ਨਹੀਂ ਕਿ ਜਿਹੜੇ ਇਨਗਰੀਡੀਅੰਟ ਜੋ ਚੀਜ਼ਾਂ ਮੈਂ ਯੂਜ਼ ਕਰ ਰਹੀ ਹਾਂ ਉਹੀ ਕਰਨੀ ਹੈ ਤੁਸੀਂ ਆਪਣੇ ਮਨਪਸੰਦ ਦੇ ਜੋ ਤੁਹਾਡੇ ਕੋਲੇ ਅਵੇਲੇਬਲ ਹੈਗੇ ਉਹ ਯੂਜ਼ ਕਰ ਸਕਦੇ ਆ ਇਸ ਤੋਂ ਬਾਅਦ ਜੀ ਆਪਣੇ ਇਹਦੇ ਵਿੱਚ ਐਡ ਕਰਨਾ ਹੈ ਨਮਕ ਨਮਕ ਟੇਸਟ ਅਕੋਰਡਿੰਗ ਲਾਲ ਮਿਰਚ ਆਪਾਂ ਹਾਫ ਟੇਬਲस्पून ਯੂਜ਼ ਕਰਦੀ ਹੈ ਜੀ ਤੇ ਹਲਦੀ ਵੀ ਆਪਾਂ ਜ਼ਿਆਦਾ ਨਹੀਂ ਪਾਉਣੀਗੀ ਹਲਦੀ ਜ਼ਿਆਦਾ ਪਾਉਣਾ ਕਲਰ ਫਿਰ ਕਾਲਾ ਦਿਖਣ ਲੱਗ ਜੇਗਾ ਬਿਲਕੁਲ ਆਪਾਂ ਲਾਈਟ ਜਿਹਾ ਕਲਰ ਯੂਜ਼ ਕਰਨ ਲਈ ਹਾਫ ਟੇਬਲस्पून ਆਪਾਂ ਹਲਦੀ ਦਾ ਯੂਜ਼ ਕਰਨਾ ਫਿਰ ਇਹ ਮਸਾਲੇ ਐਡ ਕਰਕੇ ਜੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਮਿਕਸ ਕਰਨ ਤੋਂ ਬਾਅਦ 1 ਤੋਂ 2 ਮਿੰਟ ਆਪਾਂ ਇਹਨਾਂ ਨੂੰ ਫਿਰ ਸੇਕ ਲਵਾਉਣਾ ਹੈ ਦੇਖੋ ਜੀ ਕਿੰਨਾ ਪਿਆਰਾ ਗਲਰ ਆਇਆ ਏ ਆਪਣੇ ਆਚਾਰ ਦਾ ਦੇਖਣ ਨੂੰ ਕਿੰਨਾ ਵਧੀਆ ਲੱਗਦਾ ਤੇ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਸੀ ਜੀ ਮੇਰੇ ਹਸਬੰਡ ਨੂੰ ਬਹੁਤ ਹੀ ਪਸੰਦ ਆਇਆ ਜੀ ਤੁਸੀਂ ਜਰੂਰ ਬਣਾ ਕੇ ਦੇਖਿਓ ਤੇ ਫਿਰ ਮੈਨੂੰ ਦੱਸਿਓ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਿਆ ਉਸ ਤੋਂ ਬਾਅਦ ਜੀ ਆਪਾਂ ਇਹਦੇ ਵਿੱਚ ਜੋ ਆਪਾਂ ਮਸਾਲੇ ਦਰਦਰੇ ਪੀਸੇ ਸੀਗੇ ਫਿਰ ਆਪਾਂ ਉਹ ਐਡ ਕਰ ਲੈਣੀਆਂ ਉਹ ਐਡ ਕਰਕੇ ਜੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਾਂ ਗੈਸ ਦੀ ਫਲੇਮ ਆ ਜਿਹੜੀ ਉਹ ਆਫ ਕਰ ਦੇਣੀ ਆ ਗੈਸ ਦੀ ਫਲੇਮ ਆਫ ਕਰਨ ਤੋਂ ਬਾਅਦ ਜੀ ਆਪਾਂ ਇਹਨੂੰ ਠੰਡਾ ਹੋਣ ਲਈ ਰੱਖ ਦੇਣਾ ਤੇ ਉਸ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਵੈਨੇਗਰ ਸਿਰਕਾ ਆਪਾਂ ਥੋੜਾ ਜੀ ਅਗਰ ਤੁਸੀਂ ਸਿਰਕਾ ਨਹੀਂ ਵੀ ਯੂਜ਼ ਕਰਨਾ ਚਾਹੁੰਦੇ ਤਾਂ ਉਹਨੂੰ ਸਕਿਪ ਕਰ ਸਕਦੇ ਹੋ ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਆਚਾਰ ਥੋੜਾ ਲੰਮਾ ਟਾਈਮ ਚੱਲੇ ਜਲਦੀ ਖਰਾਬ ਨਾ ਹੋਵੇ ਤਾਂ ਤੁਸੀਂ ਸਿਰਕਾ ਯੂਜ਼ ਕਰ ਸਕਦੇ ਆ ਇਸ ਦੇ ਨਾਲ ਹੀ ਬਹੁਤ ਵਧੀਆ ਆਚਾਰ ਬਣ ਕੇ ਤਿਆਰ ਹੋਇਆ ਜੀ ਸਾਡੇ ਘਰ ਦੇ ਵਿੱਚ ਸਾਰਿਆਂ ਨੂੰ ਬਹੁਤ ਪਸੰਦ ਆਇਆ ਤੁਸੀਂ ਵੀ ਜਰੂਰ ਆਚਾਰ ਬਣਾ ਕੇ ਦੇਖਿਓ ਤੇ ਫਿਰ ਮੈਨੂੰ ਦੱਸਿਓ ਕਿ ਇਸ ਤਰ੍ਹਾਂ ਦਾ ਬਣਿਆ ਤੇ ਆਪਣੀ ਵੀਡੀਓ ਨੂੰ ਜਰੂਰ ਲਾਈਕ ਸ਼ੇਅਰ ਕਮੈਂਟ ਕਰਿਆ ਕਰੋ ਜਿੱਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਸੇ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਲੋ ਹੋਣਾ ਪੈ ਨੂੰ ਇੱਕ ਕੱਚ ਦੇ ਕੰਟੇਨਰ ਦੇ ਵਿੱਚ ਭਰ ਕੇ ਰੱਖਣਾ ਜੀ ਕੱਚ ਦੇ ਕੰਟੇਨਰ ਦੇ ਵਿੱਚ ਤੁਸੀਂ ਪਾ ਕੇ ਰੱਖੋਗੇ ਤਾਂ ਇਹ ਜਲਦੀ ਖਰਾਬ ਨਹੀਂ ਹੁੰਦਾ ਤੇ ਲੰਮੇ ਸਮੇਂ ਤੱਕ ਚੱਲੇਗਾ ਤੇ ਦੇਖੋ ਇਹਦਾ ਕਲਰ ਵੀ ਬਹੁਤ ਵਧੀਆ ਦੇਖਣ ਨੂੰ ਲੱਗਦਾ ਪਿਆ ਤੇ ਇਸੇ ਤਰ੍ਹਾਂ ਇਹ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਸੀ ਜਰੂਰ ਬਣਾ ਕੇ ਦੇਖਿਓ ਤੇ ਫਿਰ ਮੈਨੂੰ ਦੱਸਿਓ ਕਮੈਂਟ ਕਰਕੇ ਕਿ ਤੁਹਾਡਾ ਆਚਾਰ ਕਿਸ ਤਰ੍ਹਾਂ ਦਾ ਬਣਿਆ ਹੈਗਾ ਇਹ ਵੀਡੀਓ ਨੂੰ ਸਪੋਰਟ ਕਰਨ ਲਈ ਜੀ ਪਿਆਰ ਦੇਣ ਲਈ ਸਾਰਿਆਂ ਦੀ ਬਹੁਤ-ਬਹੁਤ ਧੰਨਵਾਦੀ ਹਾਂ ਇਸੇ ਤਰ੍ਹਾਂ ਆਪਣੇ ਚੈਨਲ ਨੂੰ ਸਪੋਰਟ ਕਰਿਓ ਤੇ ਅੱਗੇ ਲੈ ਕੇ ਜਾਓ ਤੇ ਹੋਰ ਨਵੀਆਂ ਵੀਡੀਓ ਦੇਖਣ ਦੇ ਲਈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਬੈਲ ਆਈਕਨ ਤੇ ਕਲਿੱਕ ਕਰਿਓ ਤਾਂ ਇਹ ਤੁਹਾਨੂੰ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਧੰਨਵਾਦ ਜੀ ਸਾਰਿਆਂ